ਮੋਗੇ ਦੇ ਪਿੰਡ ਕੜਿਆਲ ਦੇ ਨਵੇਂ ਬਣੇ ਸਰਪੰਚ ਬਲਬੀਰ ਸਿੰਘ ਦੀ ਸਰਪੰਚੀ ਨੂੰ ਪਿੰਡ ਦੇ ਹੀ ਬਲਤੇਜ ਸਿੰਘ ਨੇ ਚੁਣੌਤੀ ਦਿੱਤੀ ਹੈ। ਬਲਤੇਜ ਸਿੰਘ ਮੁਤਾਬਕ ਜੇਤੂ ਸਰਪੰਚ ਪ੍ਰਵਾਸੀ ਹੈ ਅਤੇ ਉਹ ਕਾਨੂੰਨੀ ਤੌਰ ਤੇ ਚੋਣ ਨਹੀਂ ਲੜ ਸਕਦਾ, ਪਰ ਉਸਨੇ ਧੋਖੇ ਦੇ ਨਾਲ ਇਹ ਚੋਣ ਲੜੀ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਕੜਿਆਲ ਤੋਂ ਸਰਪੰਚੀ ਦੀ ਚੋਣ ਜਿੱਤਣ ਵਾਲੇ ਪ੍ਰਵਾਸੀ ਪੰਜਾਬੀ ਬਲਬੀਰ ਸਿੰਘ ਦੀ ਸਰਪੰਚੀ ਖਤਰੇ ਵਿੱਚ ਪੈ ਗਈ ਹੈ। ਜਿੱਤ ਦੇ ਜਸ਼ਨ ਮਨਾਉਣ ਵਾਲੇ ਇਸ ਨਵੇਂ ਬਣੇ ਸਰਪੰਚ ਨੂੰ ਉਸੇ ਹੀ ਪਿੰਡ ਦੇ ਬਲਤੇਜ ਸਿੰਘ ਨੇ ਚੁਣੌਤੀ ਦਿੱਤੀ ਹੈ। ਬਲਤੇਜ ਸਿੰਘ ਨੇ ਬਲਬੀਰ ਸਿੰਘ ਦੇ ਵਿਰੁੱਧ ਸਰਪੰਚੀ ਦੀ ਚੋਣ ਲੜੀ ਸੀ, ਪਰ ਉਹ ਹਾਰ ਗਿਆ ਸੀ। ਬਲਤੇਜ ਸਿੰਘ ਦਾ ਦੋਸ਼ ਹੈ ਕਿ ਸਰਪੰਚ ਬਲਬੀਰ ਸਿੰਘ ਨੇ ਚੋਣ ਅਧਿਕਾਰੀਆਂ ਨੂੰ ਧੋਖੇ ਵਿੱਚ ਰੱਖ ਕੇ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਗਲਤ ਢੰਗ ਨਾਲ ਇਹ ਚੋਣ ਜਿੱਤੀ ਹੈ। ਬਲਤੇਜ ਸਿੰਘ ਮੁਤਾਬਕ ਬਲਬੀਰ ਸਿੰਘ ਕੈਨੇਡਾ ਦਾ ਰਹਿਣ ਵਾਲਾ ਪ੍ਰਵਾਸੀ ਪੰਜਾਬੀ ਹੈ ਅਤੇ ਉਹ ਕਾਨੂੰਨ ਮੁਤਾਬਕ ਚੋਣ ਨਹੀਂ ਲੜ ਸਕਦਾ। ਉਸਨੇ ਚੋਣ ਤੋਂ ਪਹਿਲਾਂ ਵੀ ਇਹ ਮਾਮਲਾ ਚੋਣ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ, ਪਰ ਉਸ ਵੇਲੇ ਉਸ ਕੋਲ ਕੋਈ ਸਬੂਤ ਨਹੀਂ ਸੀ। ਪਰ ਹੁਣ ਉਸਦੇ ਕੋਲ ਬਲਬੀਰ ਸਿੰਘ ਦੇ ਪਾਸਪੋਰਟ ਦੀ ਕਾਪੀ ਹੈ। ਉਸਨੇ ਬਲਬੀਰ ਸਿੰਘ ਵਿਰੁੱਧ ਸਾਰੇ ਸਬੂਤ ਚੋਣ ਅਧਿਕਾਰੀਆਂ ਨੂੰ ਸੌਂਪ ਦਿੱਤੇ ਨੇ। ਕੜਿਆਲ ਤੋਂ ਮੈਂ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਅਤੇ ਮੇਰੇ ਵਿਰੁੱਧ ਬਲਬੀਰ ਸਿੰਘ ਨੇ ਇਲੈਕਸ਼ਨ ਲੜਿਆ, ਜੋ ਕਿ ਕੈਨੇਡਾ ਦਾ ਸਿਟੀਜ਼ਨ ਹੈ। ਉਹ ਕਾਨੂੰਨੀ ਤੌਰ 'ਤੇ ਪੰਚਾਇਤ ਦਾ ਇਲੈਕਸ਼ਨ ਨਹੀਂ ਲੜ ਸਕਦਾ ਸੀ, ਕਿਉਂਕਿ ਉਹ ਨਾ ਤਾਂ ਵੋਟ ਬਣਾ ਸਕਦਾ ਸੀ ਅਤੇ ਨਾ ਹੀ ਉਹ ਇਲੈਕਸ਼ਨ ਲੜ ਸਕਦਾ। ਉਹਨੇ ਗਲਤ ਤੱਥ ਪੇਸ਼ ਕਰਕੇ, ਇੱਕ ਤਾਂ ਵੋਟ ਬਣਾਈ, ਦੂਜਾ ਗਲਤ ਤੱਥ ਪੇਸ਼ ਕਰਕੇ ਇਲੈਕਸ਼ਨ ਲੜਿਆ, ਜੋ ਕਿ ਕਾਨੂੰਨ ਅਪਰਾਧ ਹੈ। ਜੇ ਉਹ ਪਿੰਡ ਦੇ ਵਿੱਚ ਕੱਲ੍ਹ ਨੂੰ ਕੋਈ ਗ੍ਰਾਂਟ ਆਉਂਦੀ ਹੈ ਤਾਂ ਉਹ ਗ੍ਰਾਂਟ ਨਾਲ ਹੇਰਾਫੇਰੀ ਕਰਕੇ ਅਤੇ ਉਹ ਚਲਿਆ ਜਾਂਦਾ ਅਤੇ ਉਸਨੂੰ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਕੀ ਕਰ ਸਕਦੀ ਹੈ? ਇਸ ਕਰਕੇ ਉਸਨੂੰ ਜਿਹੜਾ ਇਹਦਾ ਦਸਤਾਵੇਜ਼ ਹੈ ਉਹ ਮੈਂ ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇ ਦਿੱਤੇ ਹੈ। ਉਹ ਛੇਤੀ ਤੋਂ ਛੇਤੀ ਜਾਂਚ ਕਰਕੇ ਇਸ ਨੂੰ ਸਜ਼ਾ ਦੇਵੇ ਅਤੇ ਇਹਦੀ ਸਰਪੰਚੀ ਰੱਦ ਕਰ ਦਿੱਤੀ ਜਾਵੇ। ਜਦ ਇਸ ਮਾਮਲੇ 'ਚ ਸਰਪੰਚ ਬਲਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਭਾਰਤ ਦਾ ਵਸਨੀਕ ਹੈ ਅਤੇ ਇਸ ਤੋਂ ਪਹਿਲਾਂ ਵੀ ਸਰਪੰਚੀ ਦੀ ਚੋਣ ਲੜ ਚੁੱਕਿਆ ਹੈ। ਕੈਨੇਡਾ ਦੇ ਪੱਕੇ ਵਸਨੀਕ ਹੋਣ ਬਾਰੇ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਫਿਲਹਾਲ ਉਹ ਕੈਨੇਡਾ ਤੋਂ ਭਾਰਤ 6 ਮਹੀਨੇ ਦਾ ਵੀਜ਼ਾ ਲਗਵਾ ਕੇ ਆਏ ਨੇ। ਮੇਰੀ ਗੱਲ ਇਹ ਆ ਵੀ ਜੇ ਉਹਨਾਂ ਨੂੰ ਕੋਈ ਇਤਰਾਜ਼ ਸੀ ਜਾਂ ਮੇਰੇ ਖਿਲਾਫ਼ ਸੀ ਜਾਂ ਮੈਂ ਕੁਛ ਵੀ ਸੀ, ਉਹ ਮੇਰੇ 'ਤੇ ਇਤਰਾਜ਼ ਕਰ ਸਕਦੇ ਸੀ, ਉਦੋਂ ਮੇਰੇ ਕਾਗਜ਼ ਕੈਂਸਲ ਵੀ ਕਰਾ ਸਕਦੇ। ਅੱਜ ਦਸਤਾਵੇਜ਼ ਕਿੱਥੋਂ ਆ ਗਏ ਉਹਨਾਂ ਕੋਲ? ਥੋੜ੍ਹੇ ਦਿਨਾਂ 'ਚ ਉਹਨੂੰ ਦਸਤਾਵੇਜ਼ ਕਿੱਥੋਂ ਆ ਗਏ ਉਹਨਾਂ ਕੋਲ? ਕੈਨੇਡਾ ਦਾ ਸਿਟੀਜ਼ਨ ਮੈਂ ਹੋਵਾਂ ਨਾ ਹੋਵਾਂ ਇਹਦੇ ਨਾਲ ਕੋਈ ਤਲਕ ਨਹੀਂ ਆ। ਮਤਲਬ ਮੈਂ ਇਸ ਗੱਲ ਦੀ ਤਾਂ ਮੈਂ ਉਹਦਾ ਕਾਨੂੰਨੀ ਪੱਖ ਬਾਅਦ 'ਚ ਕਰੂੰਗਾ ਨਾ ਵੀ ਮੈਂ ਕੀ ਕਹੇਗਾ ਕਿ ਨਹੀਂ ਹੈਗਾ। ਇਸ ਸਾਰੇ ਮਾਮਲੇ ਬਾਰੇ ਜਦੋਂ ਅਸੀਂ ਮੋਗਾ ਦੇ ADC ਅਤੇ ਚੋਣ ਅਧਿਕਾਰੀ ਅਮਿਤ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਪਰ ਉਹਨਾਂ ਮੁਤਾਬਕ ਅਜਿਹੀਆਂ ਛੋਟੀਆਂ ਮੋਟੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ, ਪਰ ਫਿਲਹਾਲ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਅਫਸਰ ਦਾ ਕੰਮ ਹੁੰਦਾ ਕਰਮਾਂ ਦੇ ਪਿੱਛੇ, ਨੇਤਾ ਦਾ ਕੰਮ ਹੁੰਦਾ ਕਰਮਾਂ ਦੇ ਅੱਗੇ। ਅਫਸਰ ਦਾ ਕੰਮ ਤੁਸੀਂ ਗੱਲ ਸਮਝ ਚੁੱਕੇ ਹੋ, ਇਹ ਤੁਰਿਆ ਤੁਹਾਨੂੰ ਕਿ ਚੋਚਾ ਜਦੋਂ ਸੌਂਪ ਹੋ ਜਾਊਗਾ ਮੈਂ ਤੁਹਾਨੂੰ ਪ੍ਰਾਈਵੇਟ ਦੇਵਾਂਗਾ। ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਾਰੇ ਕਾਗਜ਼ਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ, ਸੋ ਇਸ ਪੜਤਾਲ ਦੌਰਾਨ ਅਜਿਹੀ ਕੋਈ ਗਲਤੀ ਹੋਣਾ ਸੰਭਵ ਨਹੀਂ ਹੈ। ਪਰ ਜੇਕਰ ਸ਼ਿਕਾਇਤਕਰਤਾ ਬਲਤੇਜ ਸਿੰਘ ਦੀ ਸ਼ਿਕਾਇਤ ਸੱਚੀ ਨਿਕਲਦੀ ਹੈ ਤਾਂ ਚੋਣ ਅਧਿਕਾਰੀ ਅਤੇ ਚੋਣ ਅਮਲੇ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇਗਾ ਅਤੇ ਇਸ ਗਲਤੀ ਦਾ ਖਾਮਿਆਜ਼ਾ ਪਿੰਡ ਵਾਸੀਆਂ ਅਤੇ ਕਈ ਹੋਰਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਮੋਗਾ ਤੋਂ ਸੂਰਜ ਜੈਨ ਨਾਲ ਕੌਮਿਤਾ ਮਿਨਹਾਸ, ਡੀਐਨ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।